ਕਈ ਵਾਰੀ ਆਪਾਂ ਆਪਣੀ ਜ਼ਿੰਦਗੀ ਦੇ ਬਹੁਤ ਘੈਂਟ ਮੂਮੈਂਟ ਮਿਸ ਕਰ ਦਿੰਦੇ ਹਾਂ ਰਿਕਾਰਡ ਕਰਨ ਵਾਲੀਓ, ਜਿਹੜੇ ਮੈਂ ਵੀ ਕਰਦੇ ਆ, ਪਰ ਮੇਰੇ ਕੋਲ ਕੁਝ ਕਲਿੱਪ ਸੀਗੇ ਜਿਨ੍ਹਾਂ ਨੂੰ ਮੈਂ ਜੋੜ ਕੇ ਇੱਕ ਵੀਡੀਓ ਤਿਆਰ ਕੀਤੀ ਆ। ਮੈਨੂੰ ਲੱਗਦਾ ਤੁਹਾਨੂੰ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਊਗੀ। ਇਹ ਵੀਡੀਓ ਹੈਗੀ ਆ 16 ਨਵੰਬਰ 2023 ਦੀ। ਮੇਰਾ ਬਹੁਤ ਲੱਕੀ ਨੰਬਰ, ਕਿਉਂਕਿ ਉਸ ਤੋਂ ਅਗਲੇ ਦਿਨ ਮੈਂ ਅਮਰੀਕਾ ਦਾ PR ਹੋਇਆ ਸੀ। ਉਹਦੀਆਂ ਕੁਝ ਕਲਿੱਪਾਂ ਜੋੜ ਕੇ ਮੈਂ ਵੀਡੀਓ ਬਣਾਈ ਆ। ਹੋਪ ਸੋ ਤੁਹਾਨੂੰ ਸਾਰਿਆਂ ਨੂੰ ਪਸੰਦ ਆਊਗੀ। ਅਤੇ ਹੁਣ ਮੈਂ ਜਾ ਰਿਹਾ ਔਨ ਦਾ ਵੇ ਟੂ ਸੈਕਰਾਮੈਂਟੋ, ਕਿਉਂਕਿ ਕੱਲ੍ਹ ਨੂੰ ਹੈਗੀ ਆ ਮੇਰੀ ਕੋਰਟ ਡੇਟ 17 ਨਵੰਬਰ 2023 ਨੂੰ। ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਅਤੇ ਦੱਸਦੇ ਹਾਂ ਵੀ ਅਮਰੀਕਾ 'ਚ ਕਿੱਦਾਂ ਪੱਕਾ ਹੋਇਆ ਅਤੇ ਪਹਿਲਾਂ ਮੈਂ ਕਿੰਨਾ ਕੁ ਨਰਵਸ ਸੀ। ਆਜੋ। ਸਤਿ ਸ਼੍ਰੀ ਅਕਾਲ ਜੀ। ਅੱਜ ਦਿਨ ਹੈਗਾ ਆ ਨਵੰਬਰ 17 ਅਤੇ 2023 ਟਾਈਮ ਹੋਇਆ ਸੁਬਹਾ 5:40। ਬਹੁਤ ਨਰਵਸ ਹਾਂ ਮੈਂ, ਥੱਕਿਆ ਪਿਆ, ਦਿਮਾਗ ਸੌਂਦਿਆਂ, ਕਿਉਂਕਿ ਅੱਜ ਹੈਗੀ ਆ ਮੇਰੀ ਫਾਈਨਲ ਕੋਰਟ ਡੇਟ। ਅਤੇ ਬਾਬਾ ਰੱਖੇ ਸੁੱਖ। ਅਤੇ ਉੱਠਦੇ ਹੁੰਦੇ ਹਾਂ ਤਿਆਰ, ਤੁਹਾਨੂੰ ਦੱਸਦੇ ਹਾਂ ਫਿਰ ਕੀ ਬਣਦਾ ਪ੍ਰੋਗਰਾਮ, ਤਿਆਰੀ ਕਰਦੇ ਹਾਂ, ਚੱਲਦੇ ਹਾਂ 8:30 ਆਪਣੀ ਸਵੇਰ ਦੀ ਮੋਰਨਿੰਗ ਦੀ ਹੈਗੀ ਹੈ ਕੋਰਟ ਡੇਟ। ਚਲੋ ਨਹਾ ਨੂ ਕੇ ਆਉਂਦਾ ਮੈਂ ਕਰਦਾ। ਲਓ ਜੀ, ਕਹਿੰਦੇ ਰੈਡੀ ਹਾਂ ਆਪਾਂ, ਤਿਆਰ ਹੋ ਗਏ ਸੀਗੇ, ਚੱਲਿਆ ਕੋਰਟ ਨੂੰ। ਕਹਿੰਦੇ ਜੀ ਤਾੜੀਆਂ ਰੁਕਣੀਆਂ ਨਹੀਂ ਚਾਹੀਦੀਆਂ, ਪੱਕੇ ਅਮਰੀਕਾ। ਬਾਪੂ ਹੋਣ ਵਧਾਈਆਂ ਤੈਨੂੰ, ਪੁੱਤ ਹੋ ਗਿਆ ਪੱਕਾ ਤੇਰਾ। ਬਾਪੂ ਹੋਣ ਵਧਾਈਆਂ ਤੈਨੂੰ, ਪੁੱਤ ਹੋ ਗਿਆ ਪੱਕਾ ਤੇਰਾ। ਮੈਨੂੰ ਭੇਜਣ ਲਈ ਕਨੇਡਾ, ਤੂੰ ਚੱਕਿਆ ਸੀ ਕਰਜ਼ਾ ਜਿਹੜਾ। ਸਭ ਦਾ ਮੋੜ ਦਿਆਨਾ ਆਨਾ, ਐਵੇਂ ਮਾਰੇ ਨਾ ਕੋਈ ਤਾਨਾ, ਐਵੇਂ ਮਾਰੇ ਨਾ ਕੋਈ ਤਾਨਾ, ਨਾ ਕਰ ਕਿਸੇ ਨੂੰ ਆਉਣ ਦਈ। ਬਾਪੂ ਭੇਜ ਰਿਹਾ ਮੈਂ ਡਾਲਰ, ਆਪਣੇ ਸੂਟ ਦੇ ਚਿੱਟੇ ਕਾਲਰ, ਹੁਣ ਨਾ ਵੀ ਤੂੰ ਪਾ ਲਿਆ ਸੀ ਫਿੱਕਾ। ਪੌਂਦਾ ਡਾਲਰਾਂ ਚ ਖੇਡੇ ਅੱਜ ਤੇਰਾ ਖੋਟਾ ਸਿੱਕਾ। ਜਿਹਦੇ ਫਿਕਰਾਂ ਚ ਰੰਗ ਵੀ ਤੂੰ ਪਾ ਲਿਆ ਸੀ ਫਿੱਕਾ। ਬਾਬੇ ਨਾਨਕੇ ਦੀ ਫੋਟੋ ਅੱਗੇ ਹੱਥ ਜੋੜ ਜੋੜ ਰਹਿੰਦੀ ਸ਼ਾਮ ਤੇ ਸਵੇਰੇ ਕਰਦੀ ਸੀ ਜੜੀਆਂ। ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾਂ ਤੇ, ਇਹ ਸਭ ਤੇ ਪਿਆਰ ਦਾਸਾਂ ਤੇਰੀਆਂ। ਪੁੱਤ ਤੇਰਾ ਪਹੁੰਚ ਗਿਆ ਫਰਸ਼ਾਂ ਤੋਂ ਅਰਸ਼ਾਂ ਤੇ, ਇਹ ਸਭ
ਚੀਫ ਗੈਸਟ ਪਹੁੰਚ ਚੁੱਕੇ ਨੇ ਜੀ, ਕਹਿੰਦੇ ਚੀਫ ਗੈਸਟ ਪਹੁੰਚ ਚੁੱਕੇ ਨੇ, ਚੀਫ ਗੈਸਟ ਚੀਫ ਗੈਸਟ ਪਹੁੰਚ ਚੁੱਕੇ ਜੀ, ਚੀਫ ਗੈਸਟ ਪਹੁੰਚ ਚੁੱਕੇ ਆ। ਸਤਿ ਸ੍ਰੀ ਅਕਾਲ ਨਾਨੀ, ਹਾਂਜੀ ਕੀ ਵਿਚਾਰ ਨੇ? ਹਾਂ ਬਾਈ 9-11 ਸਾਰੇ ਕੰਮ ਹੋ ਗਏ ਆਪਣੇ, ਹੈਨਾ? ਇੱਕੋ ਰਹਿ ਗਿਆ ਮੇਨ ਕੰਮ ਜਿਹੜਾ, ਸਾਰਿਆਂ ਦੇ ਹੋ ਗਏ। ਹੁਣ ਤਾਂ ਮੈਂ ਹੀ ਰਹਿ ਗਿਆ, ਮੈਨੂੰ ਲੱਗਦਾ ਇਧਰਲੇ ਘਰ ਵੀ ਵਿਆਹ ਗਿਆ, ਸਾਰੇ ਇਧਰਲੇ ਘਰ ਵੀ ਸਾਰੇ ਵਿਆਹ ਗਿਆ, ਆਹੀ ਰਹਿ ਗਿਆ ਇੱਕ ਤਾਂ। ਹੋਰ ਮੈਨੂੰ ਤਾਂ ਕਿਸੇ ਨੇ ਰੋਟੀ ਨੀ ਦਿਆ ਕਰਨੀ,
ਰੋਟੀਆਂ ਤੋਂ ਪਕਾ ਲੈਣਾ ਹੈ, ਪੱਕੇ ਚੂੜੇ ਵਾਲੀ ਜ਼ਰੂਰ ਚਾਹੀਦੀ ਹੈ, ਚਾਹੀਦੀ ਹੈ। ਗੁੱਡ ਮਾਰਨਿੰਗ ਫਾਲੋਅਰਸ, ਜਾਣਦਾ ਕਿ ਪੂਜੇ ਵਧਾਣੇ ਨੂੰ ਐਂ ਟੁੱਟ ਕੇ ਪਈ ਹੈ ਜਿਵੇਂ ਖੋਏ ਦੀ ਬਰਫੀ ਹੁੰਦੀ ਆ। ਹਵੇਲੀ ਹੁੰਦੀ ਰੰਗ।